ਕੋਰਖਾਲਸ ਨੂੰ ਵੱਡੀ ਕਾਮਯਾਬੀ ਮਿਲੀ ਲੁੱਟਖੁਆ ਕਰਨ ਵਾਲੇ ਬੰਦੇ ਨੂੰ ਫੜਿਆ ਸਰ ਕਿਹੜਾ ਲੁੱਟਖੋ ਵਾਲਾ ਬੰਦਾ ਫੜਿਆ ਸਰ ਕੀ ਮੈਟਰ ਕੀ ਹੈਗਾ ਸਰ ਇਹਨਾਂ ਜੀ ਅਸੀਂ ਮਾਨਜੋਗ ਡਾਕਟਰ ਸਖਚੈਨ ਸਿੰਘ ਜੀ ਗਿਲ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰਸਰ ਸ੍ਰੀ ਹਰਜੀਤ ਸਿੰਘ ਜੀ ਧਾਲੀਵਾਲ ਏਡੀਸੀ ਵੀ ਸਿਟੀ 1 ਸ੍ਰੀ ਸੰਜੀਵ ਕੁਮਾਰ ਏਸੀਪੀ ਲਸਨ ਸਿੰਘ ਜੀ ਦੀਆਂ ਹਦਾਇਤਾਂ ਤੇ ਮਗਰਲੇ ਸਮੇਂ ਤੋਂ ਜਿਹੜੀ ਹੈ ਲੁੱਟਖੋ ਤੇ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਆ ਜੰਗੀ ਪੱਦਰ ਤੇ ਮਹਿਮ ਜਿਹੜੀ ਚਲਾਈ ਆ ਜਿਹਦੇ ਚ ਸਾਨੂੰ ਕਾਫੀ ਸਫਲਤਾ ਮਗਰਲੇ ਦਿਨਾਂ ਬਾਅਦ ਮਿਲੀ ਹੈ ਤੇ ਇਹ ਵੀ ਜਿਹੜਾ ਮੁਕਦਮਾ ਨੰਬਰ 385 281021 ਨੂੰ ਦਰਜ ਰਜਿਸਟਰ ਕੀਤਾ ਸੀ ਜਿਹੜਾ ਕਿ ਇਹਨਾਂ ਨੇ ਇੱਕ ਮਦਈ ਦਾ ਜਿਹੜਾ ਮੋਬਾਈਲ ਸੀ ਜਿਹੜਾ ਮਤਲਬ ਅਬੋੜੀ ਸਾਹਿਬ ਲਾ ਕੇ ਜਿਹੜਾ ਖੋਲਿਆ ਸੀ ਜ਼ਬਰਦਸਤੀ ਤੇ ਉਹਦੇ ਵਿੱਚ ਅਸੀਂ ਪਹਿਲਾਂ ਹੀ ਜਿਹੜਾ ਦੋਸ਼ੀ ਗੁਰਪਿੰਦਰ ਸਿੰਘ ਪਿੰਦਾ ਉਰਫ ਭਪਿੰਦਰ ਸਾਨੋ ਹਰਨਜੀਤ ਸਿੰਘ ਵਾਸੀ ਖਾਪੜ ਖੇੜੀ ਜਿਹੜਾ 11 11 21 ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਦੇ ਪਾਸੋਂ ਜਿਹੜਾ ਰੈਡਮੀ ਦਾ ਮੋਬਾਈਲ ਖੋਹ ਕੀਤਾ ਬਰਾਮਦ ਕਰ ਲਿਆ ਔਰ ਮੋਟਰਸਾਈਕਲ ਵੀ ਜਿੱਤੇ ਇਹ ਵਾਰਦਾਤਾ ਕਰਦੀ ਸੀ ਉਹ ਵੀ ਬਰਾਮਦ ਕਰ ਲਿਆ ਸੀ ਇਹ ਜਿਹੜਾ ਦੋਸ਼ੀ ਸੁਖਚੈਨ ਸਿੰਘ ਸੀ ਇਹਦੇ ਮਗਰ ਅਸੀਂ ਲੱਗੇ ਸੀ ਇਹ ਜਿਹੜਾ ਪੱਜਾ ਫਿਰਦਾ ਯੂਰੇ ਪਰੇ ਹੁਣ ਇਹਨੂੰ ਵੀ ਜਿਹੜਾ ਕਿ ਅਸੀਂ 20 12 ਨੂੰ ਜਿਹੜਾ ਸਬ ਇੰਸਪੈਕਟਰ ਭਪਿੰਦਰ ਸਿੰਘ ਦੀ ਪੁਲਿਸ ਪਾਲਟੀ ਨੇ ਜਿਹੜਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹਦਾ ਪੁਲਿਸ ਰਿਮਾਨਡ ਜਿਹੜਾ ਲਿਆ ਇਹ ਇਹਨੇ ਹੋਰ ਵੀ ਜੜੀਆਂ ਲੁੱਟਖੋਹਾਂ ਕੀਤੀਆਂ ਸਨ ਸਾਬ ਤੋਂ ਮੋਬਾਈਲ ਖੋਇਆ ਇਧਰੋਂ ਉਧਰੋਂ ਤਿੰਨ ਚਾਰ ਮੋਬਾਈਲ ਜਿਹੜੇ ਆ ਉਹਨਾਂ ਦੇ ਸਬੰਧੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨੂੰ ਗ੍ਰਿਫਤਾਰ ਕੀਤਾ ਇਹਨੂੰ ਪੇਸ਼ ਅਦਾਲਤ ਕਰਕੇ ਤੇ ਇਹਦਾ ਰਿਮਾਂਡ ਹਾਸਲ ਜਿਹੜਾ ਕੀਤਾ ਤੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਸਰ ਇਹਦੇ ਪਹਿਲਾਂ ਵੀ ਕੋਈ ਪਰਚੇ ਹੈਗੇ ਸੀ ਤੇ ਇਹ ਪਹਿਲਾ ਪਰਚਾ ਸਰ ਪਹਿਲਾਂ ਵੀ ਇਹਦੇ ਤੇ ਡਰੱਗ ਦਾ ਪਰਚਾ ਹੈਗਾ ਡਰੱਗ ਦਾ ਪਰਚਾ ਤੇ ਦਰਜਾ ਇਹਦੇ ਭਰਾ ਤੇ ਵੀ ਦਰਜ ਹੈ ਇਹ ਮਾੜਾ ਕਰਤਾਰ ਦੇ ਆਦਮੀ ਹੈ ਸਰ ਵੀ ਨਸ਼ੇ ਦੀ ਆਦਤ ਵੀ ਹੈਗਾ ਸੀ ਇਹ ਆ ਨਸ਼ਾ ਵੀ ਇਹ ਡਰਗ ਲੈਂਦਾ ਸੀ ਉਹ ਵੀ ਅਸੀਂ ਜਾਂਚ ਕਰ ਰਹੇ ਹਾਂ ਕਿੱਥੋਂ ਲੈ ਕੇ ਆਉਂਦਾ ਸੀ ਕਿੱਥੇ ਪੀਂਦਾ ਸੀ ਉਹ ਵੀ ਸਾਰੀ ਅਸੀਂ ਜਿਹੜੀ ਢੰਗਾਈ ਨਾਲ ਡੀਪਲੀ ਤਫਤੀਸ਼ ਜਿਹੜੀ ਆ ਕਰ ਰਹੇ ਹਾਂ ਸਰ ਕੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਕੋਈ ਪੜਿਆ ਲਿਖਿਆ ਵਾ ਤੇ ਅਨਪੜਾ ਨਹੀਂ ਬੈਕਗ੍ਰਾਉਂਡ ਇਹਦੀ ਕੋਈ ਇਨਾ ਜ਼ਿਆਦਾ ਪੜਿਆ ਨਹੀਂ ਹੈਗਾ 10 ਜਮਾਤਾ ਪਾਸ ਹੈ ਟਰੱਕ ਟਰੱਕ ਚਲਾਉਂਦਾ ਸੀ ਇੱਧਰ ਜਦੋਂ ਵੀ ਆਉਣਾ ਇਹਨੇ ਲੁੱਟ ਖੋ ਨਾਲ ਸਾਥੀ ਆਪਣੇ ਨਾਲ ਰਲ ਕੇ ਜਿਹੜਾ ਇਹ ਕਰ ਲੈਂਦਾ ਸੀ ਸਰ ਇਕੱਲਾ ਸੀ ਕੋਈ ਇਹਦੇ ਨਾਲ ਕੋਈ ਹੋਰ ਵੀ ਗੈਂਗ ਹੈਗੀ ਆ ਸਰ ਇਹਦਾ ਨਾਲ ਦਾ ਸਾਥੀ ਜਿਹੜਾ ਦੱਸ ਰਹੇ ਆ ਗੁਰਪਿੰਦਰ ਸਿੰਘ ਪਿੰਦਾ ਉਰਫ ਪਿੰਦਰ ਸਾਣ ਅਫਰ ਰਣਜੀਤ ਸਿੰਘ ਜਿਹੜਾ ਖਾਪੜ ਕੇੜੀ ਆ ਉਹਨੂੰ ਅਸੀਂ 11 11 21 ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਮੋਬਾਈਲ ਬਰਾਮਦ ਕੀਤਾ ਸਰ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਬੜਾ ਵਧੀਆ ਕੰਮ ਕਰ ਰਹੀ ਫਿਰ ਵੀ ਅੰਮ੍ਰਿਤਸਰ ਦੇ ਜਿਹੜੇ ਕ੍ਰਾਈਮ ਘਟਨ ਦਾ ਨਾਮ ਨਹੀਂ ਲੈ ਆ ਰਿਹਾ ਦੇਖੋ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਕਾਫੀ ਫੋਰਸ ਸਾਨੂੰ ਬਾਹਰੋਂ ਵੀ ਮਿਲੀ ਹੈ ਅਸੀਂ ਨਾਕਾਬੰਦੀ ਰੋਜ਼ ਕਰਦੇ ਹਾਂ ਰਾਤ ਨੂੰ ਵੀ ਸਾਡੀ ਪੈਟਰੋਲਿੰਗ ਚੱਲਦੀ ਹੈ ਅਸੀਂ ਜਿਹੜਾ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜਾ ਕੰਟਰੋਲ ਕਰ ਰਹੇ ਹਾਂ ਡਰੱਗ ਦੇ ਖਿਲਾਫ ਵੀ ਅਸੀਂ ਮਹਿਮ ਚਲਾਈ ਆ ਮੰਗਰਲੇ ਸਮੇਂ ਦੌਰਾਨ ਅਸੀਂ ਕਾਫੀ ਮੁਕਦਮੇ ਦਰਜ ਕੀਤੇ ਆ ਐਕਸਾਈਟ ਰਿਕਵਰੀ ਕੀਤੀ ਹੈ ਗੈਮਲਿੰਗ ਦੀ ਕੀਤੀ ਦੇਮਗੰਜ ਇਲਾਕੇ ਮੇ ਲੂਟਖੋਕੀ ਵਾਰਦਾਤ ਕਰਨੇ ਵਾਲਾ ਦੂਸਰਾ ਦੋਸ਼ੀ ਗ੍ਰਿਫਤਾਰ ਪਿਛਲੇ ਦਿਨੋਂ ਇੱਕ ਨੌਜਵਾਨ ਸੇ ਦੋ ਮੋਟਰਸਾਈਕਲ ਸਵਾਰੋਂ ਨੇ ਪੈਸੇ ਔਰ ਮੋਬ लूट खो करके भाग गए थे पुलिस द्वारा एक को पहले ही गिरफ्तार कर लिया गया था स्पेशल करके दूसरे दोषी को भी खालसा पुलिस ने गिरफ्तार कर लिया है पुलिस द्वारा मामला दर्ज करके जांच की जा रही है न्यूज़ खास बातचीत ਕਰਦੇ ਆ ਅਸੀਂ ਵੀ ਆਪਣੀ ਟੀਮ ਦੇ ਨਾਲ ਜਿਹੜਾ ਦਿਨ ਰਾਤ ਵਰਕ ਕਰਦੇ ਆ ਸਾਈਬਰ ਕ੍ਰਾਈਮ ਦੇ ਰਾਈ ਵੀ ਅਸੀਂ ਹਰ ਜਿੰਨੇ ਵੀ ਮੋਬਾਈਲ ਸਨੇਚ ਹੋਏ ਆ ਜਾਂ ਜੋ ਵੀ ਵਾਰਦਾਤਾਂ ਸਾਡੇ ਲੁੱਟ ਖੋਹਦੀਆਂ ਹੁੰਦੀਆਂ ਵਾ ਅਸੀਂ ਆਪਣੇ ਆਪਣੇ ਜਿਹੜਾ ਵਾ ਖੂਫੀਆ ਤੌਰ ਤੇ ਵੀ ਉਹਨਾਂ ਨੂੰ ਹੱਲ ਕਰਦੇ ਆ ਤੇ ਕਰਨੀਆਂ ਚਾਹੀਦੀਆਂ ਵਾਂ ਸਾਨੂੰ ਜਿਹੜਾ ਲੁੱਟਖੋ ਵਾਲੇ ਬੰਦੇ ਜਿਹੜੇ ਆ ਮਾੜੇ ਅਨਸਰਾਂ ਡਰੱਗ ਮਾਫੀਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਕੋਟ ਖਾਲਸਾ ਸਰ ਇਹ ਮੈਸੇਜ ਕਿਹਦੇ ਨਾਲ ਚੱਲਦਾ ਕੋਟ ਖਾਲਸਾ ਨੂੰ ਅਸੀਂ ਇਹੋ ਕਹਿੰਦੇ ਆਂ ਜੀ ਆਪਣੇ ਲੋਕਾਂ ਨੂੰ ਵੀ ਸਾਨੂੰ ਤਲਾਹ ਜਿਹੜੀ ਆ ਇਹ ਸੱਚੀ ਤਲਾਹ ਦੇਣ ਤੇ ਸਾਨੂੰ ਜਿਹੜੀ ਆ ਇਹਦੇ ਬਾਰੇ ਮਾੜੇ ਅਨਸਰਾਂ ਬਾਰੇ ਜਾਣਕਾਰੀ ਦੇਣ ਉਹਨਾਂ ਦਾ ਨਾਮ ਖੂਫੀਆ ਰੱਖਿਆ ਜਾਊਗਾ ਲਗਭਗ ਅਸੀਂ ਇਲਾਕੇ ਦਾ ਸਫਾਇਆ ਕੀਤਾ ਪਿਆ ਵਾ ਕੋਈ ਅਸੀਂ ਗੱਲ ਕੈਮਰਾਮੈਨ ਮਕੇਸ਼ ਰੋੜਾ ਦੇ ਨਾਲ ਸੋਨੂ ਸੋਢੀ ਪੀ 24 ਅੰਮ੍ਰਿਤਸਰ